ਸਾਡੀ ਸਪੁੱਤਰੀ ਸੰਦੀਪ ਕੌਰ ਜੀ ਨੂੰ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਕਰਨ ਲਈ ਸ਼ੁਭ ਆਨੰਦ ਕਾਰਜ ਵਿਆਹ ਦਾ ਸ਼ੁਭ ਦਿਹਾੜਾ ਮਿਤੀ 29/1/2024 ਮੁਤਾਬਕ ਸੋਮਵਾਰ ਦਾ ਨਿਯਤ ਹੋਇਆ ਹੈ ਅਤੇ ਜੰਜ ਦਾ ਟਕਾਵ ਸਵੇਰੇ 9 ਵਜੇ ਹੋਵੇਗਾ। ਸੋ ਆਪ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਜੰਜ ਲਾੜੇ ਨਾਲ ਸੋਹੈ ਵਰਖ ਮੋਹਣੀਆਂ ਲੈ ਦੇ ਗੁਰੂ ਵਾਕ ਅਨੁਸਾਰ ਬਰਾਸ ਸਮੇਤ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਮਨਜਿੰਦਰ ਸਿੰਘ ਸੰਘਾ ਅਸੀਂ ਹਾਂ ਆਪ ਜੀ ਦੇ ਸੁਖ ਚੰਦਰ ਸੰਤੋਖ ਸਿੰਘ ਸੰਘਾ ਸਹਿ ਚਿੱਠੀ ਲਿਖੀ ਵਿੱਚ 27 ਜਨਵਰੀ 2024 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਨਵੀਰ ਬਿਲਕੁਲ ਸਿੱਧੇ ਬੈਠ ਕੇ ਥੋੜਾ ਅੱਗੇ ਹੋ ਜਾਓ, ਘੁੰਮ ਜਾਓ ਭਾਜੀ, ਤੁਸੀਂ ਥੋੜਾ ਜਿਹਾ ਇੱਧਰ ਹੋ ਜਾਓ। ਹਾਂਜੀ ਹਾਂਜੀ ਥੋੜਾ ਜਿਹਾ ਹੋ ਜਾਓ, ਹਾਂ ਬਿਲਕੁਲ ਸਿੱਧੇ। ਭਾਜੀ ਮਾੜਾ ਜਿਹਾ ਵੇਖਿਓ, ਸਟੈਂਡ ਜੇ ਨਾ ਲਾਓ, ਬਾਅਦ ਚ ਸਾਰਾ ਪਾ ਦੋ, ਸਟੈਂਡ ਲਾ ਕੇ ਆਂਟੀ ਬਹਿ ਜਾਓ ਪਿੱਛੋਂ, ਆਂਟੀ ਬਹਿ ਜਾਓ, ਬੈਠ ਜਾਓ, ਬੈਠ ਜਾਓ, ਕੋਈ ਨੀ ਠੀਕ ਹੈ ਤੁਸੀਂ ਕਰੋ। ਭੁੱਲ ਗਿਆ ਨਾ ਵੀਰ, ਆਪਾਂ ਨਾ ਥੋੜ੍ਹਾ ਜਿਹਾ ਅੱਗੇ ਆਓ, ਸਾਈਡ 'ਤੇ ਬੈਠੋ ਥੋੜ੍ਹਾ ਹੋਰ, ਇੱਥੇ ਬੈਠਾ ਭਾਜੀ, ਤੁਸੀਂ ਥੋੜ੍ਹਾ ਜਿਹਾ ਨਾਲ ਹੋ ਕੇ ਬਹਿਣਾ ਜੀ, ਹੁਣ ਲਾਗੇ ਹੋ ਜਾਓ, ਬਿਲਕੁਲ ਲਾਗੇ ਹੋ, ਚਾਚਾ ਇਹਨੂੰ ਢੱਕੇ, ਜਰਾ ਇਹਨੂੰ ਢੱਕ ਦਿਓ, ਪਰ ਸਿੱਧਾ ਕੱਪੜਾ ਰੱਖ, ਲਗਾ ਦਿਓ ਲਗਾ ਦਿਓ, ਚਲੋ ਲਾਈਟ
ਥੋੜੀ ਜਿਹੀ ਨਹੀਂ ਇੱਕ ਮਿੰਟ ਜੀ ਐ ਵਾਲੇ ਹੱਥ ਕੋਲੀ ਫੜੋ ਐ ਵਾਲੇ ਹੱਥ ਰਾਈਟ ਹੈਂਡ ਹਾਂਜੀ ਪੱਗ ਤੇ ਦੂਸਰਾ ਹੱਥ ਲਗਾ ਲਓ ਫੋਟੋ ਵਾਸਤੇ ਉੱਥੇ ਅੱਜ ਰੱਖ ਦੇ ਲਾਗੇ ਹੋ ਕੇ ਬਹਿ ਜਾਓ ਲਾਗੇ ਬਸ ਇੱਦਾਂ ਹੀ ਹੱਦ ਬਸ ਪੱਗ ਤੇ ਰੱਖ ਨਾਵੇ ਥੋੜਾ ਸਮਾਈਲ ਕਰ ਦੇ ਹਾਂਜੀ ਬ੍ਰਦਰ ਥੋੜਾ ਜਿਹਾ ਤੁਸੀਂ ਥੋੜਾ ਜਿਹਾ ਬੈਕ ਸਾਈਡ ਹੋ ਗਏ ਵੇਖਿਓ ਠੀਕ ਹੈ ਜੀ ਕਦੇ ਦੇਖਿਓ ਠੀਕ ਹੈ ਆ ਠੀਕ ਹੈ ਅੱਗੋਂ ਦਿਓ ਪਹਿਲਾਂ ਬਾਈਟ ਕਰ ਲਓ ਪਹਿਲਾਂ ਬਾਈਟ ਕਰ ਲਓ ਖਿਲਾ ਦਿਓ ਖਿਲਾ ਦਿਓ ਕੋਈ ਨਹੀਂ ਖਾ ਲਿਓ ਹੋਰ ਹੈਗਾ ਆਪਾਂ ਹੋਰ ਪੀਸ ਖਾ ਲਈ ਇੱਕ ਪੀਸ ਹੋਰ ਖਾ ਲਓ ਨਵੀਰਾ ਖਾ ਲਓ ਤੁਸੀਂ ਖਾ ਲਓ ਖਾ ਲਓ ਖੱਬਾ ਹੱਥ ਨਾ ਮੋਢੇ ਤੇ ਲਿਓ ਨਾ ਵੀਰ ਆਹ ਬਸ ਲਾਗੇ ਰੱਖਿਓ ਫੋਟੋ ਵਾਸਤੇ ਲਾਗੇ ਕਰੋ ਲਾਗੇ ਕਰੋ ਬਸ ਇੱਥੇ ਇੱਥੇ ਰੱਖਿਓ ਨਜ਼ਰ ਇੱਧਰ ਮੇਰੇ ਵੱਲ ਕਰਿਓ ਭਾਜੀ ਤੁਸੀਂ ਥੋੜਾ ਇੱਧਰ ਨਜ਼ਰ ਜਾ ਦਿਓ ਵਿੱਚ ਆ ਰਹੇ ਹੋ ਵਿੱਚ ਆ ਰਹੇ ਹਾਂਜੀ ਭਾਜੀ ਇੱਧਰ ਦੇਖੋ ਤੁਸੀਂ ਇੱਧਰ ਦੇਖੋ ਓਕੇ ਠੀਕ ਹੈ ਇੱਧਰ ਵੀ ਵੇਖੋ ਠੀਕ ਹੈ ਰੱਖ ਰੱਖ ਦੋ ਢੱਕ ਦੋ ਢੱਕ ਦੋ ਆਪਣੀ ਝੋਲੀ ਚ ਰੱਖੋ ਭਾਜੀ ਹੱਥ ਰੱਖੋ ਇੱਦਾਂ ਨਾਲ ਹੀ ਦੋਨੋਂ ਹੱਥ ਰੱਖੇ ਦੋਨੋਂ ਹੱਥ ਰੱਖੇ ਸਾਹਮਣੇ ਦੇਖੋ ਥੋੜਾ ਹੱਸ ਕੇ ਨਾ ਵੀ ਚਲੋ ਥੋੜੀ ਸਮਾਈਲ ਇੱਕ ਫੋਟੋ ਓਕੇ ਰੱਖ ਲਓ ਆਪਣੇ ਅੱਜ ਆਪਣੇ ਅੱਜ ਰੱਖ ਲਓ ਖਾ ਲਓ ਪਹਿਲਾਂ ਖਾ ਲਓ ਠੀਕ ਹੈ ਇੱਕ ਪੂਰਾ ਪੀਸ ਲੈ ਕੇ ਨਾ ਫੋਟੋ ਵਾਸਤੇ ਬਸ ਇਹ ਹੁਣ ਫੋਟੋ ਵਾਸਤੇ ਐ ਗਲੇ ਚ ਲਓ ਭਾਈ ਹਾਂ ਬ੍ਰਦਰ ਤੁਸੀਂ ਵੀ ਦੇਖਿਓ ਇੱਧਰ ਦੇਖਿਓ ਜੇ ਠੀਕ ਹੈ ਜੀ ਇੱਦਾਂ ਹੀ ਰੱਖ ਲਓ ਕੋਈ ਆਪਾਂ ਨਾ ਉਹ ਵੀ ਅੰਦਰ ਇੱਦਾਂ ਰੱਖ ਲਓ ਥੋੜ੍ਹੀ ਦੇਰ ਤਾਰ ਲੈ ਕੇ ਆ ਦੂਜੀ ਜਿਹੜੀ ਪਾਈ ਮਗਰ ਆ ਉਹ ਤਾਰ ਅੱਗੇ ਪਈ ਤਾਰ ਬੋਰਡ ਕਿੱਥੇ ਰੱਖੀ ਇੱਥੇ ਰੱਖਣਾ ਪਾ ਦਿਓ ਪਾ ਦਿਓ ਪਹਿਲਾਂ ਇੱਥੇ ਰੱਖਣਾ ਇਹ ਫੋਟੋ ਵਾਸਤੇ ਬਾਹਰ ਰੱਖਾਂਗੇ ਬ੍ਰਦਰ ਆਓ ਲੱਗ ਗਿਆ ਅਭੀ ਵੇਅਰ ਕਰ ਪਾ ਲੈਣ ਪਹਿਲਾਂ ਤੁਸੀਂ ਵੀ ਪਾ ਲਓ ਚੈਨ ਪਾ ਲਓ ਕੋਈ ਨਾ ਕੀ ਚਾਰ ਬੈਠੇ ਬੈਠੇ ਇੱਦਾਂ ਪਾ ਲਓ ਉੱਥੋਂ ਭਾਜੀ ਇੱਦਾਂ ਹੈਂਡ ਰੱਖੋ ਲੈਫਟ ਹੈਂਡ ਲਗਾਇਓ ਵਾਚ ਵਾਲਾ ਹਾਂਜੀ ਬਸ ਗਲੇ ਚਲਿਓ ਮੋਢੇ ਤੋਂ ਹੱਥ ਬ੍ਰਦਰ ਤੁਸੀਂ ਵੀ ਆ ਜਾਓ ਥੋੜ੍ਹਾ ਜਿਹਾ ਉੱਪਰ ਹੋ ਜਾਓ ਆ ਜਾਓ ਨਾਲ ਹਾਂਜੀ ਆਹ ਦੇਖਿਓ ਨਾ ਫਿਰ ਥੋੜ੍ਹਾ ਜਿਹਾ ਦੋ ਹਾਂ ਸਮਾਈਲ ਕਰਕੇ ਸਾਰੇ ਜਿਹੜੇ ਇੱਕ ਹੋਰ ਫੋਟੋ ਕਰਾਇਆ ਇੱਧਰ ਲਿੰਕ ਕਰਤਾ ਅੱਗੇ ਸ਼ੇਅਰ ਭਾਈ ਦੇਖੋ ਇੱਕ ਮਿੰਟ ਚਾਚਾ ਜੀ ਤੁਸੀਂ ਵੀ ਨਾਲ ਫੋਟੋ ਸਾਰਿਆਂ ਦੀ ਇੱਕ ਖਿੱਚਣੀ ਠੀਕ ਹੈ ਇੱਕ ਫੋਟੋ ਬਸ ਹੁਣ ਸੋਫੇ ਤੇ ਬਿਠਾਵਾਂਗੇ ਆਪਾਂ ਨੋਰਮਲ ਬੈਠ ਜਾਓ ਨੋਰਮਲ ਸਾਰੇ ਸਾਰੇ ਆ ਜਾਓ ਥੋੜਾ ਜਿਹਾ ਬਾਈਟ ਆ ਥੋੜਾ ਬਾਈਟ ਆ ਥੋੜਾ ਬਾਈਟ ਆ ਹਾਂਜੀ ਆਪ
ਭਾਜੀ ਭਾਜੀ ਇੱਕ ਮਿੰਟ ਹਾਂ ਆਪਾਂ ਸਾਰੇ ਇੱਧਰ ਦੇਖਾਂਗੇ ਆਂਟੀ ਜੀ ਆਂਟੀ ਜੀ ਆਂਟੀ ਇੱਕ ਮਿੰਟ ਬੈਠ ਜਾਓ ਉਹਨਾਂ ਨੂੰ ਬੈਠ ਜਾਓ ਇੱਕ ਮਿੰਟ ਆਪਾਂ ਸਾਰੇ ਦੇਖਾਂਗੇ ਇੱਧਰ ਸਾਰੇ ਇਸ ਸਾਈਡ ਦੇਖੋ ਇਹਨਾਂ ਵੱਲ ਦੇਖੋ ਆ ਇੱਧਰ ਇੱਧਰ ਭਾਈ ਦੇਖੋ ਸਾਹਮਣੇ ਸਾਰੇ ਖੜੇ ਹੋ ਜਾਈਏ ਪੰਪ ਤੇ ਬੁਲਾਓ ਤੇ ਸੋਫੇ ਤੇ ਗੱਲ ਤੇ ਗੱਲ ਤੇ ਇਧਰੋਂ ਕੰਮ ਨਹੀਂ ਮਿਲਿਆ ਸਾਨੂੰ ਨਹੀਂ ਮਿਲਿਆ
Thank you.
ਮੈਂ ਲੜਕੇ ਪਰਿਵਾਰ ਵੱਲੋਂ ਆਪਣੇ ਬੈਨਰ ਵੱਲੋਂ
ਕਿ ਜੀਆਂ ਬਸ ਨੂੰ ਮੁਬਾਰਕ ਆਖਦਾ ਕਿਉਂਕਿ ਮੈਂ ਵੀ ਕਈ ਵਾਰ ਮੇਰੇ ਬਾਣੀ ਸਮਾਨ ਕਰਦੀ ਹੈ ਰਾਜਾਨ ਸਾਡੇ ਗੁਰੂਆਂ ਨੇ ਫਰਮਾਇਆ ਕਿ ਜਿਸ ਔਰਤ ਨੇ ਪੂਰੀ ਕਾਇਨਾਤ ਨੂੰ ਜਨਮ ਦਿੱਤਾ ਉਹਨੂੰ ਕਦੀ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਤੇ ਮਾਂ ਵਾਲੀ ਗੱਲ ਇਹ ਕਿ ਪੰਜਾਬੀ ਮਾੜਾ ਕਹਿੰਦੇ ਵੀ ਨਹੀਂ ਅਗਰ ਲੋਹੜੀ ਵਾਲਾ ਮਹੀਨਾ ਅਕਸਰ ਦੇਖਿਆ ਗਿਆ ਸੀ ਬੈਨਰ ਨਾਲ ਜਾਣੇ ਆ ਪੰਜਾਬੀਆਂ ਦੀ ਮਹਿਫਲ ਚ ਇਹ ਵੇਖ ਕੇ ਮਾਣ ਮਹਿਸੂਸ ਹੁੰਦਾ ਕਿ ਪੰਜਾਬੀ ਲੋਕ ਧੀਆਂ ਦੀ ਲੋਹੜੀ ਕਰਦੇ ਆ ਧੀਆਂ ਦੇ ਕਮਾਣ ਕਰਦੇ ਆ ਪੰਜਾਬੀਆਂ ਦੇ ਵਿਹੜੇ ਚ ਜਦੋਂ ਇੱਕ ਬੇਟੀ ਦਾ ਜਨਮ ਹੁੰਦਾ ਉਹਨੇ ਚਾਹ ਉਹਨੇ ਖੁਸ਼ੀ ਉਹਨੇ ਸ਼ਗਨ ਕੀਤੇ ਜਾਂਦੇ ਆ ਜਿੰਨੇ ਇੱਕ ਬੇਟੇ ਦੇ ਪੈਦਾ ਹੋਣ ਤੇ ਚਾਹ ਕੀਤੇ ਜਾਂਦੇ ਇਸ ਕਰਕੇ ਜਿੰਨੀ ਖੁਸ਼ੀ ਅੱਜ ਲੜਕੇ ਪਰਿਵਾਰ ਨੂੰ ਹੈ ਲੜਕੇ ਪਰਿਵਾਰ ਦੀ ਗੱਲ ਕਰਾਂ ਤੇ ਪਰਿਵਾਰ ਦੇ ਮੁਖੀਆਂ ਤੋਂ ਨਾਮ ਲੈਣਾ ਚਾਹਾਂਗਾ ਮੁੰਡੇ ਦਾਦਾ ਜੀ ਕੈਪਟਨ ਸਰਦਾਰ ਜਸਵੰਤ ਸਿੰਘ ਭੁੱਲਰ ਸਾਹਿਬ ਤੇਸਰੀ ਮੁਬਾਰਕਾਂ ਜਿਨ੍ਹਾਂ ਦੇ ਪਰਿਵਾਰ ਚ ਵਾਧਾ ਹੋ ਰਿਹਾ ਇੱਕ ਨਵਾਂ ਮੈਂਬਰ ਐਡ ਹੋ ਰਿਹਾ ਬਹੁਤ ਸਾਰੀਆਂ ਵਧਾਈਆਂ ਮੁੰਡੇ ਡੈਡੀ ਜੀ ਸਰਦਾਰ ਹਰਵਿੰਦਰ ਸਿੰਘ ਜੀ ਭੁੱਲਰ ਸਾਹਿਬ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਉਹ ਮਾਣ ਮੱਤਾ ਦੇਣਾ ਭੁੱਲਰ ਪਰਿਵਾਰ ਇਸ ਸਗਨਾ ਭਰੀ ਮਹਿਫਲ ਦੀ ਆਗਾਜ਼ ਕਰਨ ਜਾ ਰਹੇ ਹਾਂ ਜਿਵੇਂ ਕਿ ਪਵਿੱਤਰ ਬਾਣੀ ਦਾ ਫਰਮਾਨ ਅਸੀਂ ਤੁਸੀਂ ਸਾਰੇ ਬਾਪੂ ਨੂੰ ਜਾਣਦੇ ਹਾਂ ਕਿ ਲੱਖ ਖੁਸ਼ੀਆਂ ਪਾਤਸ਼ਾਹਾਂ ਦੇ ਸਤ ਗੁਰਾਂ ਸਾਡੀ ਜ਼ਿੰਦਗੀ ਸਾਡੀ ਲਾਈਫ ਜੋ ਕੁਝ ਹੁੰਦਾ ਹੈ ਉਹ ਵਾਹਿਗੁਰੂ ਦੇ ਭਾਣੇ ਵਿੱਚ ਹੋਇਆ ਹੈ ਔਰ ਪੰਜਾਬੀ ਕੌਮ ਅਸੀਂ ਕਿਸੇ ਵੀ ਕੰਮ ਦਾ ਆਗਾਜ਼ ਕਰਦੇ ਹਾਂ ਵਾਹਿਗੁਰੂ ਦਾ ਓਟ ਆਸਰਾ ਜ਼ਰੂਰ ਲੈਂਦੇ ਹਾਂ ਪਰ ਅੱਜ ਜਲਦੀ ਕਰੋ ਮੇਰੇ ਵੀ ਬੜੇ ਲੋਕ
ਝਲਕ ਤੇਰੀ ਸਹਿਣ ਜੋਗਾ ਹੋ ਗਿਆ ਮੈਂ ਗੂੰਗਾ ਸੀ ਕੁਝ ਕਹਿਣ ਜੋਗਾ ਹੋ ਗਿਆ ਰਹਿਮਤ ਤੇਰੀ ਦਾ ਸਦਕਾ ਐ ਮੇਰੇ ਵਾਹਿਗੁਰੂ ਮੈਂ ਇਨਸਾਨਾਂ ਚ ਬਹਿਣ ਉੱਠਿਆ ਪੰਜਾਬੀਆਂ ਦਾ ਕੋਈ ਵੀ ਹੋਵੇ ਆਗਾਜ਼ ਕਰਦਾ ਸਦੀਆਂ ਤੋਂ ਰਿਵਾਜ ਇਹੀ ਹੈ ਅਸੀਂ ਕਿਸੇ ਵੀ ਕੰਮ ਦਾ ਆਗਾਜ਼ ਕਰਦੇ ਹਾਂ ਅਕਾਲ ਪੁਰਖ ਦਾ ਨਾਮ ਜ਼ਰੂਰ ਲੈਂਦੇ ਹਾਂ ਔਰ ਨਾਲ ਮੈਂ ਆਪਣੇ ਬੈਨਰ ਵੱਲੋਂ ਪੂਰੀ ਟੀਮ ਵੱਲੋਂ ਅੱਜ ਵੀ ਇੱਕ ਦੀ ਅਰਦਾਸ ਬੇਨਤੀ ਜ਼ਰੂਰ ਕਰਦਾ ਸੋਫੇ ਦੇ ਨਾਲ ਹੋਰ ਪਰਿਵਾਰ ਜੁੜੇ ਨੇ ਸਾਰੀ ਉਮਰ ਵਾਸਤੇ ਖੁਸ਼ੀ ਦੀਆਂ ਮਹਿਫਲਾਂ ਸਜਾਉਂਦੇ ਰਹੋ ਤੇ ਖੁਸ਼ੀਆਂ ਦੇ ਗੀਤ ਤੁਸੀਂ ਗਾਉਂਦੇ ਰਹੋ ਤੋ ਲੜਕੇ ਪਰਿਵਾਰ ਤੋਂ ਬੜੇ ਹੀ ਸਤਿਕਾਰਯੋਗ ਡੈਰੀ ਜੀ ਸਰਦਾਰ ਹਰਵਿੰਦਰ ਸਿੰਘ ਜੀ ਭੁੱਲਰ ਸਾਹਿਬ ਜਿਨ੍ਹਾਂ ਵੱਲੋਂ 2100 ਰੁਪਏ ਦਾ ਮਾਨ ਸਗਾ ਦੇ ਨੋਟ ਸਾਨੂੰ ਐਡਵਾਂਸ ਦੀ ਸਟੇਜ ਤੇ ਪਹੁੰਚ ਚੁੱਕੇ ਹਨ ਕਿਉਂਕਿ ਬੜਾ ਚਾਅ ਤੇ ਬੜੀ ਖੁਸ਼ੀ ਹੈ ਜਿਨ੍ਹਾਂ ਦੇ ਪਰਿਵਾਰ ਤੋਂ ਵਾਪਸ ਹੋਇਆ ਇੱਕ ਨਵਾਂ ਮੈਂਬਰ ਐਡ ਹੋਇਆ ਬਹੁਤ ਸਾਰੀਆਂ ਮੁਬਾਰਕਾਂ ਪੰਜਾਬੀ ਕੌਮ ਤੇ ਵਾਹਿਗੁਰੂ ਦੀ ਬੜੀ ਅਪਾਰ ਬਖਸ਼ਿਸ਼ ਅਪਾਰ ਕਿਰਪਾ ਹੈ ਕਿ ਪੰਜਾਬੀ ਕੌਮ ਅੱਧਿਓ ਜ਼ਿਆਦਾ ਵਿਦੇਸ਼ਾਂ ਦੀ ਸੈੱਟ ਹੈ ਜਿੱਦਾਂ ਇਹ ਪਰਿਵਾਰ ਆਸਟ੍ਰੇਲੀਆ ਦਾ ਹੈ ਕੋਈ USA ਬੈਠਾ ਹੈ ਕੋਈ ਇਟਲੀ ਬੈਠਾ ਹੈ ਕੋਈ ਜਰਮਨੀ ਬੈਠਾ ਹੈ ਵੱਖ ਵੱਖ ਕੰਟਰੀਆਂ ਦੀ ਪੰਜਾਬੀ ਕੌਮ ਸੈੱਟ ਹੈ ਇੱਕ ਲਿੰਕ ਮੈਂ ਤੁਹਾਨੂੰ ਸ਼ੇਅਰ ਕਰ ਰਿਹਾ ਯੂਟਿਊਬ ਤੇ ਲਿੰਕ ਸ਼ੇਅਰ ਕਰਨਾ ਆਪਣੇ ਯਾਰਾਂ ਦੋਸਤਾਂ ਉਹਨਾਂ ਮਿੱਤਰਾਂ ਨੂੰ ਜਿਹੜੇ ਕਿਸੇ ਰੁਝੇਵਿਆਂ ਕਰਕੇ ਨਹੀਂ ਪਹੁੰਚ ਸਕੇ ਲਾਈਵ ਟੀਵੀ ਇਹ ਆਪਣੇ ਯੂਟਿਊਬ ਤੇ ਲਿੰਕ ਭਰਨਾ ਤੇ ਸਾਰੀ ਮਹਿਫਲ ਅੱਜ ਪੂਰੀ ਦੁਨੀਆ ਚ ਲਾਈਵ ਜਾ ਰਹੀ ਹੈ ਅੱਜ ਪੂਰਾ ਵਰਲਡ ਪੂਰੀ ਦੁਨੀਆ ਵੇਖੇਗੀ ਕਿ ਜਦੋਂ ਪੰਜਾਬੀਆਂ ਦੇ ਵਿਹੜਿਆਂ ਚ ਸਗਨਾਂ ਦੇ ਕੰਮ ਹੁੰਦੇ ਆ ਵਿਆਹ ਹੁੰਦੇ ਆ ਪੰਜਾਬੀ ਕੌਮ ਕਿੱਦਾਂ ਗੁਰੂ ਘਰ ਜਾ ਕੇ ਮੱਥਾ ਟੇਕਦੀ ਹੈ ਆਸ਼ੀਰਵਾਦ ਲੈਂਦੀ ਹੈ ਕਿੱਦਾਂ ਜਾ ਕੇ ਰਿਜ਼ੋਰਟ ਵਿੱਚ ਇਕੱਠੇ ਹੁੰਦੇ ਆ ਮਹਿਮਾਨ ਤੇ ਕਿੱਦਾਂ ਡਾਂਸ ਸਪੋਰਟ ਜਾ ਕੇ ਇੰਜੋਏ ਕਰਦੇ ਆ ਪੂਰੀ ਦੁਨੀਆ ਤੁਹਾਡੀ ਇਸ ਮਹਿਫਲ ਨੂੰ ਵੇਖ ਰਹੀ ਹੈ ਮੈਂ ਦੁਬਾਰਾ ਅਨਾਊਂਸ ਕਰਦਾ ਜੀ ਦਿਲ ਲਾਈਵ ਟੀਵੀ ਇਹ ਤੁਸੀਂ ਲਿੰਕ ਸ਼ੇਅਰ ਕਰਨਾ ਉਹਨਾਂ ਸਾਰੇ ਮਿੱਤਰਾਂ ਨੂੰ ਜਿਹੜੇ ਇੱਥੇ ਨਹੀਂ ਪਹੁੰਚ ਸਕੇ ਆਓ ਹੁਣ ਪੰਜਾਬ ਦੇ ਅਮੀਰ ਵਿਰਸੇ ਨੂੰ ਬੜੇ ਮਾਣ ਨਾਲ ਬੜੇ ਫਖਰ ਨਾਲ ਤੁਹਾਡੀ ਮਾਣਵਤੀ ਮਹਿਫਲ ਨੂੰ ਪੇਸ਼ ਕਰ ਰਿਹਾ ਜਿਸ ਪੰਜਾਬੀ ਕਲਚਰ ਨੂੰ ਵਰਲਡ ਲੈਵਲ ਤੇ ਲੋਕੀ ਅੱਡੀਆਂ ਚੁੱਕ ਕੇ ਸਲਾਮ ਕਰਦੇ ਆ ਤੇ ਗੋਰੇ ਕੋਸ਼ਿਸ਼ ਕਰਦੇ ਆ ਕਿ ਪੰਜਾਬੀ ਕਲਚਰ ਨੂੰ ਫੋਲੋ ਕਰੀਏ ਸਾਡੀ ਹਿੰਦੀ ਫਿਲਮ ਇੰਡਸਟਰੀ ਜੇ ਵੇਖਿਆ ਜਾਵੇ ਮੈਂ ਦਿੱਤਾ ਹਵੇ ਸੰਗ ਲੜੇ ਯਾਰ ਬਣਾ ਲੈ।
ਪਤਾ ਲੱਗਦਾ ਕਿ ਪੰਜਾਬੀ ਆ ਗਏ ਆ ਕਿਉਂਕਿ ਖੁੱਲੇ ਸੁਭਾਅ ਦੇ ਮਾਲਕ ਆ ਖੁੱਲਾ ਖਾਂਦੇ ਪੀਂਦੇ ਆ ਜੋਏ ਕਰਦੇ ਆ ਫੜਤਾ ਮਾਰਦੇ ਆ ਦਿੱਤਾ ਭੰਗੜਾ ਪਾਉਂਦੇ ਆ ਪਤਾ ਇਹਨੂੰ ਵੀ ਲੱਗੇਗਾ ਖਾਸ ਕਰਕੇ ਸਾਡੇ ਪਰਿਵਾਰਾਂ 'ਚ ਜਦੋਂ ਸੈਣੀ ਇੱਧਰ ਇੱਕ ਮਿੰਟ ਧਿਆਨ ਕਰੋ ਇੱਕ ਮਿੰਟ ਅੱਜ ਦੇ ਵਾਹਿਗੁਰੂ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਧੁੱਪ ਵੀ ਚੰਗੀ ਲੱਗੀ ਹੈ ਇਹ ਵੀ ਅਸੀਂ ਕਹਿ ਸਕਦੇ ਠੰਡ ਬੜੀ ਹੈ ਤਾਂ ਕਰਕੇ ਤਾਲੀ ਵੀ ਵੱਜਦੀ ਤੇ ਜਿੱਦਾਂ ਭੰਗੜਾ ਨਹੀਂ ਪੈਂਦਾ ਸਾਰੇ ਜਾਣੇ ਦੋਸਤਾਂ ਮਹਿਮਾਨਾਂ ਨੇ ਇੰਜੋਏ ਕਰਨਾ ਹੈ ਉਹ ਨਾਲਕਾ ਪਰਿਵਾਰ ਦੀ ਗੱਲ ਕਰਦਾ ਲੜਕੇ ਪਰਿਵਾਰ ਤੋਂ ਸਰਦਾਰ ਜੋ ਚਾਚਾ ਜੀ ਸਰਦਾਰ ਸਰਦੂਲ ਸਿੰਘ ਜੀ ਥਾਣੇਦਾਰ ਸਾਹਿਬ ਪਰਿਵਾਰ ਸਮੇਤ ਇਸ ਮਹਿਫਲ ਦੀ ਰੌਣਕ ਨੂੰ ਵਧਾਰਿਆ ਹੈ ਸਾਡੇ ਵੱਲੋਂ ਲਿਖੀ ਜੀਆਂ ਬਹੁਤ ਸਾਰੀਆਂ ਮੁਬਾਰਕਾਂ ਜੇ ਨਾਨਕਾ ਪਰਿਵਾਰ ਦੀ ਗੱਲ ਕਰੀਏ ਤਾਂ ਨਾਨਾ ਜੀ ਸ਼ਿਵਦਾ ਭੱਟੀ ਜੀ ਸਾਹਿਬ ਸਰਦਾਰ ਗੁਰਦੀਪ ਸਿੰਘ ਜੀ ਭੱਟੀ ਸਾਹਿਬ ਪਰਿਵਾਰ ਸਮੇਤ ਪਹੁੰਚੇ ਹੈ ਦਿਲ ਦੀਆਂ ਕਹਿਣਗੇ ਮੈਂ ਸ਼ੁਕਰਗੁਜ਼ਾਰ ਹਾਂ ਵੈਲਕਮ ਜੀਆਂ ਮੁਬਾਰਕਾਂ ਆਖਦਾ ਇੱਕ ਨਾਮ ਮੈਂ ਸਪੈਸ਼ਲੀ ਲਵਾਂਗਾ ਜੀ ਮੁੰਡੇ ਦੇ ਮਾਮਾ ਜੀ ਸਵਰਗਵਾਸੀ ਸਰਦਾਰ ਲਪਿੰਦਰ ਸਿੰਘ ਜੀ ਭੱਟੀ ਸਾਹਿਬ ਕਿਉਂਕਿ ਦੁਨੀਆਂ 'ਚ ਇਹੋ ਜਿਹੀ ਕੋਈ ਤਾਕਤ ਨਹੀਂ ਹੈ ਜਿਹੜੀ ਇਨਸਾਨ ਦੇ ਘਰ ਨੂੰ ਪੂਰਾ ਕਰ ਸਕਦੀ ਹੋਵੇ ਪਰ ਉਹਨਾਂ ਦੇ ਸੁਪਨੇ ਸਾਕਾਰ ਕਰ ਰਹੇ ਆ ਸਾਡੇ ਪਰਿਵਾਰ ਵਾਸਤੇ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਉਹਨਾਂ ਬਾਰੇ ਚੰਦ ਅਲਫਾਜ਼ ਕਹਾਂਗਾ ਕਹਿਣੇ ਬਣਦੇ ਆ ਹਰ ਸਾਗਰ ਕੇ ਦੋ ਕਿਨਾਰੇ ਹੋਤੇ ਹੈ ਕੁਛ ਲੋਕ ਜਾਨ ਸੇ ਵੀ ਪਿਆਰੇ ਹੋਤੇ ਹੈ ਜੇ ਜ਼ਰੂਰੀ ਨਹੀਂ ਕਿ ਉਹ ਪਾਸ ਹੋ ਹਮਾਰੇ ਜ਼ਿੰਦਗੀ ਮੇਂ ਯਾਦੋ ਕੇ ਵੀ ਬੜੇ ਸਹਾਰੇ ਹੋਤੇ ਹੈ ਬਸ 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 ਹਾਂਜੀ ਭਾਜੀ ਥੋੜਾ ਜਿਹਾ ਨਾਲ ਲੱਗੇ ਰਹੋ ਤੁਸੀਂ ਪਿੱਛੇ ਨਾ ਜਾਓ ਬਸ ਇਦਾਂ ਇਦਾਂ ਪਰਿਵਾਰ ਤੋਂ ਸੰਗਤ ਦੇ ਨੋਟ ਆਏ ਆ ਜੀ ਸਮੁੱਚੇ ਪਰਿਵਾਰ ਵੱਲੋਂ ਮਾਨ ਪਹੁੰਚਿਆ ਮੈਂ ਦੁਬਾਰਾ ਇੱਕ ਮਾਨ ਨਾਲ ਅਨਾਉਂਸ ਕਰਦਾ ਪਰਿਵਾਰ ਦੇ ਮੁਖੀਆਂ ਤੋਂ ਗੱਲ ਕਰਾਂਗਾ ਨਾਨਾ ਜੀ DSP ਸ਼ਿੰਦਾ ਭੱਟੀ ਜੀ ਮਾਮਾ ਜੀ ਸਰਪੰਚ ਸਾਹਿਬ ਗੁਰਦੀਪ ਸਿੰਘ ਜੀ ਭੱਟੀ ਸਾਹਿਬ ਔਰ ਸਵਰਗਵਾਸੀ ਮਾਮਾ ਜੀ ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਨਾਂ ਤੋਂ ਬਹੁਤ ਸਾਰੀ ਮਾਇਆ ਸਟੇਜ ਤੇ ਆਈ ਹੈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰਾਂ ਕਾਫੀ ਲੰਬੀ ਨਾਂ ਦੀ ਲਿਸਟ ਹੈ ਮੈਂ ਬਾਹਰੋਂ ਵਾਲੀ ਨਾਂ ਤੁਹਾਡੀ ਨਜ਼ਰ ਕਰਦਾ ਪਰ ਆਓ ਪੰਜਾਬੀ ਵਿਰਸੇ ਦੀ ਗੱਲ ਕਰਨਗੀਆਂ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿਰਸੇ ਨੇ ਗੋਰੇ ਸਾਨੂੰ ਫੋਲੋ ਕਰਦੇ ਆ ਪਰ ਹੌਲੀ ਹੌਲੀ ਪੰਜਾਬ ਦਾ ਵਿਰਸਾ ਪਿੰਡਾਂ ਚ ਫਲੋਪ ਹੁੰਦਾ ਜਾ ਰਿਹਾ ਉਸ ਪੰਜਾਬੀ ਵਿਰਸੇ ਦੀ ਗੱਲ ਕਰਦੀ ਆ ਪੰਜਾਬੋਂ ਮੇਰੇ ਕੋਲ ਲੰਘ ਗਏ ਭਾਵੇਂ ਦੇ
ਦਰਕੇ ਪਰਿਵਾਰ ਦੀ ਗੱਲ ਕਰ ਰਹੇ ਆ ਨਾਨਕਾ ਪਰਿਵਾਰ ਉੱਪਰ ਚੜ ਗਏ ਆ ਨਾਨਾ ਜੀ ਮਣੀ ਕਲਾਕਾਰਾਂ ਪਿੱਛੇ ਸਿੰਘਾ ਪੱਟੀ ਜੀ ਮਾਮਾ ਜੀ ਸਰਪੰਚ ਸਾਹਿਬ ਗੁਰਦੀਪ ਸਿੰਘ ਦੀ ਪੱਟੀ ਸਾਹਿਬ ਔਰ ਮਾਮਾ ਜੀ ਸਰਗਵਾਸੀ ਸਰਦਾਰ ਭੁਪਿੰਦਰ ਸਿੰਘ ਦੀ ਪੱਟੀ ਸਾਹਿਬ ਉਹਨਾਂ ਨਾਮ ਤੋਂ ਸਗਨਾ ਨੋਟ ਸਟੇਜ ਤੇ ਆਏ ਆ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਸ਼ੁਕਰਗੁਜ਼ਾਰਾਂ ਤੇ ਮੁੰਡੇ ਦੇ ਸਤਿਕਾਰ ਜੋ ਜੀਜਾ ਨੇ ਕਹਿੰਦੇ ਨੇ ਪਰਿਵਾਰ ਤੇ ਸਭ ਤੋਂ ਵਧੀਆ ਰਿਸ਼ਤਾ ਹੁੰਦਾ ਅੱਗੇ ਵੀ ਜੀ ਲੱਗਦਾ ਪਿੱਛੇ ਵੀ ਜੀ ਲੱਗਦਾ ਸਾਰਾ ਪਰਿਵਾਰ ਹੀ ਕਹਿੰਦਾ ਜੀਜਾ ਜੀ ਜੀਜਾ ਜੀ ਤੇ ਸਰਦਾਰ ਅਤਿੰਦਰਪਾਲ ਸਿੰਘ ਜੀ ਇੰਸਪੈਕਟਰ ਜੀਜਾ ਜੀ ਔਰ ਭੈਣ ਜੀ ਲਵਪ੍ਰੀਤ ਕੌਰ ਜੀ ਆਸਟ੍ਰੇਲੀਆ ਵਾਲਾ ਪਰਿਵਾਰ ਹੈ ਜੀ ਤੇ ਸੰਨੀਆਂ ਮੁਬਾਰਕਾਂ ਮੁੰਡੇ ਜੀਜਾ ਜੀ ਮਿਸਟਰ ਸੁਖਵਿੰਦਰ ਜੀ ਭੈਣ ਜੀ ਸਰਦਾਰਨੀ ਪਵਨਦੀਪ ਕੌਰ ਜੀ ਪਰਿਵਾਰ ਸਮੇਤ ਆਏ ਹੈ ਵੈਲਕਮ ਜੀਆਂ ਮੁਬਾਰਕਾਂ ਔਰ ਮੁੰਡੇ ਜੀਜਾ ਜੀ ਪ੍ਰਭ ਸਿੰਘ ਜੀ ਔਰ ਭੈਣ ਜੀ ਸਰਦਾਰਨੀ ਗੁਰਸ਼ਰਨ ਕੌਰ ਜੀ ਤੋਂ ਪਰਿਵਾਰ ਪਹੁੰਚਿਆ ਸਾਡੇ ਵੱਲੋਂ ਵੈਲਕਮ ਜੀਆਂ ਮੁਬਾਰਕਾਂ ਜਿੰਨੇ ਬ੍ਰਦਰ ਬੈਠੇ ਹੈ ਜਿੰਨੇ ਫਰੈਂਡ ਆਏ ਹੈ ਸਰਦਾਰ ਮਨਜਿੰਦਰ ਸਿੰਘ ਜੀ ਸਰਦਾਰ ਦਿਲਪ੍ਰੀਤ ਸਿੰਘ ਜੀ ਗੁਰਕੀਰਤ ਸਿੰਘ ਜੀ ਕਮਲ ਭਾਜੀ ਕਨੇਡਾ ਵਾਲੇ ਅਮਰਜੀਤ ਫਰੋਮ ਕੈਨੇਡਾ ਮਹਾਵੀਰ ਸਿੰਘ ਜੀ ਪਰਮਿੰਦਰ ਸਿੰਘ ਜੀ ਕਾਲੋ ਸਾਹਿਬ ਅਮਰ ਭੱਟੀ ਜੀ ਅਰਸ਼ ਭੱਟੀ ਜੀ ਸੁੱਖ ਬਾਜਵਾ ਜੀ ਕਮਲ ਗੁਰਾਇਆ ਜੀ ਸੁੱਖ ਭੁੱਲਰ ਜੀ ਜੋਰ ਮੰਨੀ ਜੀ ਦਿਲਪ੍ਰੀਤ ਜੀ ਮੰਨੀ ਜੀ ਪਵਨ ਆਸਟ੍ਰੇਲੀਆ ਜੀ ਦਵਿੰਦਰ ਸਿੰਘ ਜੀ ਆਸਟ੍ਰੇਲੀਆ ਤੋਂ ਅਮਰ ਆਸਟ੍ਰੇਲੀਆ ਤੋਂ ਔਰ ਦਿੱਲਾ ਭਾਜੀ ਦਿੱਲਾ ਭੱਟੀ ਸਾਹਿਬ ਜਿੰਨੇ ਫਰੈਂਡ ਆਏ ਆ ਜਿੰਨੇ ਯਾਰ ਦੋਸਤ ਆਏ ਆ ਮੈਂ ਸਭ ਨੂੰ ਮੋਹ ਭਰਿਆ ਸੱਦਾ ਦਿਆਂਗਾ ਕਿ ਡਾਂਸਿੰਗ ਕੋਲ ਤੁਹਾਡੇ ਪਿਆਰੇ ਪਿਆਰੇ ਕਦਮਾਂ ਦਾ ਲਗਾਤਾਰ ਇੰਤਜ਼ਾਰ ਕਰੇ ਅਜੇ ਵੀ ਕਾਫੀ ਉਹ ਨਾਂ ਵੀ ਤੁਹਾਡੀ ਨਜ਼ਰ ਕਰਾਂ ਜੇ ਪੰਜਾਬੀ ਸਟੇਜ ਦੀ ਗੱਲ ਕਰੀਏ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ ਤੇ ਮਾਨ ਸਾਹਿਬ ਦਾ ਜ਼ਿਕਰ ਨਾ ਕੀਤਾ ਜਾਵੇ ਤੇ ਮੇਰੇ ਖਿਆਲ ਨਾਲ ਸਟੇਜ ਬਣੇ ਪੰਜਾਬੀਆਂ ਦਾ ਮਾਨ ਗੁਰਦਾਸ ਮਾਨ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਉੱਭਰ ਬੁਲਾਇਆ ਤੇ ਪਾਇਆ ਕਹਿੰਦਾ ਕੋਠੇ ਕੋਈ ਮੋਰ ਹੋਵੇ ਜੇ ਤੇਰੇ ਪਿੱਛੇ ਤੇਰੇ ਜੱਟ ਹੋਰ ਹੋਵੇ ਔਰ ਮਾਨ ਸਾਹਿਬ ਨੇ ਲਿਖਿਆ ਕਿ ਮੈਂ ਮਿੱਟੀ ਤੇ ਮੇਰੀ ਛਾਤ ਦੀ ਮਿੱਟੀ ਤੇ ਮਿੱਟੀ ਦਾ ਗਲਵਾਣਾ ਤੇ ਮਾਂ ਮੇਰੀ ਨੂੰ ਮਿੱਟੀ ਜੰਮੀ ਮਰੀ 2 ਮਿੰਟ ਪਿੱਛੇ ਤੇ ਨਾਲ ਪੰਜਾਬ ਤੇ ਪੰਜਾਬੀਅਤ ਨੂੰ ਪੰਜਾਬ ਚ ਨਹੀਂ ਹਿੰਦੁਸਤਾਨ ਚ ਨਹੀਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਦਵਾਇਆ ਜੇ ਅੱਜ ਕੱਲ੍ਹ ਗੋਰੇ ਪੱਪੜ ਕਲੱਬਾਂ ਜੋ ਪੰਜਾਬੀ ਇੰਜੋਏ ਕਰਦੇ ਆ ਇਹਦਾ ਸ਼੍ਰੇਕ ਜਿਹੜੇ ਮਾਨ ਸਾਹਿਬ ਨੂੰ ਵੀ ਜਾਂਦਾ ਆਓ ਉਹਨਾਂ ਵਰਗਾ ਨਾ ਤਾਂ ਹੋਇਆ ਹੋਰਾਂ ਇੱਕ ਨਿਮਾਣੀ ਜੀ ਕੋਸ਼ਿਸ਼ ਸਾਡੇ ਉਸ ਭੰਗੜਾ ਕੈਪਟਨ ਵੱਲੋਂ ਦੁਨੀਆ ਦੇ ਭੰਗੜੇ ਦੁਨੀਆ ਦੇ ਨਾਮ ਨਾਲ ਖੱਟਿਆ ਔਰ ਮਾਝੇ ਮਾਲਵੇ ਦੁਆਬੇ ਦੀ ਸ਼ਾਨ ਹੈ ਉਹ ਭੰਗੜੇ ਦਾ ਕਪਤਾਨ ਹੈ ਉਹ ਸਾਡੇ ਬੈਨਰ ਦੀ ਜਿੱਤ ਜਾਣ ਹੈ ਸਾਡੇ ਸੰਨੀ ਬਾਈ ਜੀ ਹੁਣ ਜਾਣੇ ਕਿ ਜਨ ਦਾਸ ਵੀ ਅੱਜ ਬਟਾਲਾ ਦੇ ਸਾਰੇ ਸੰਸਾਰ ਨੂੰ ਲਈ ਸਾਡੇ ਦੁੱਖ ਤੇ ਜੋ ਦਿਲਾਂ ਦੇ ਨਵਾਂ
ਹਰਮਨ ਜੀ ਅਸਟੇਰੀਆ ਤੋਂ ਆਏ ਹੈ ਮਨ ਜੀ ਅਸਟੇਰੀਆ ਤੋਂ ਆਏ ਹੈ ਸਿੰਮੀ ਜੀ ਕੈਨੇਡਾ ਤੋਂ ਪਹੁੰਚੇ ਭਾਬੀਆਂ ਸਰਦਾਰਨੀ ਰਮਨਦੀਪ ਕੌਰ ਜੀ ਸਰਦਾਰਨੀ ਨਵਜੋਤ ਕੌਰ ਜੀ ਫਰੋਮ ਕੈਨੇਡਾ ਔਰ ਜੋਬਨ ਜੀ ਫਰੋਮ ਕੈਨੇਡਾ ਦੇਖੋ ਇਨਸਾਨ ਆਪਣੇ ਕਰਤੱਵ ਤੋਂ ਜਿੰਨਾ ਦੂਰ ਜਾਂਦਾ ਉਹਨੇ ਉਹਨੂੰ ਮੁਹੱਬਤ ਉਹਨਾਂ ਪਿਆਰ ਉਹਨਾਂ ਉਹ ਸੁਣਾਉਂਦਾ ਇਹ ਸਾਡੀਆਂ ਸਾਰੀਆਂ ਰਿਸਪੈਕਟਡ ਭੈਣਾਂ ਲੜਕੇ ਪਰਿਵਾਰ ਤੋਂ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੀਆਂ ਪਰ ਗਿੱਧਾ ਪਾਉਣ ਵਾਸਤੇ ਕਾਫੀ ਤਿਆਰ ਬੈਠੀਆਂ ਔਰ ਵੇਖ ਕੇ ਮਾਣ ਮਹਿਸੂਸ ਹੁੰਦਾ ਕਿਉਂਕਿ ਕਹਿੰਦੀਆਂ ਮੁੰਡੇ ਭੈਣਾਂ ਆਸਟ੍ਰੇਲੀਆ ਤੋਂ ਪਹੁੰਚੀਆਂ ਗਿੱਧੇ ਵਾਲੇ ਗੀਤ ਲਾਈਏ ਅੰਦਾਜ਼ ਸਾਡੇ ਕੋਲ ਬਣੇ ਆ ਹਾਂਜੀ ਪੂਰੇ ਪਰਿਵਾਰ ਨੂੰ ਬੇਨਤੀ ਕਰਦਾ ਔਰ ਸਾਡਾ ਗਿੱਧਾ ਗਰੁੱਪ ਤੁਹਾਡੀ ਨਜ਼ਰ ਆਪਣੀ ਕੰਟੀਨਿਊ ਡਾਂਸ ਡਾਂਸਿੰਗ ਫਲੋਰ ਤੇ ਸਾਡੀਆਂ ਸੱਤਾਂ ਨਾਲ ਸਾਡੀ ਪੂਰੀ ਗਿੱਧੇ ਗਰੁੱਪ ਦੀ ਕਰਦਾ ਹੈ
Yeah.
Thank you.
ਭਾਈ ਲੜਕੀ ਪਰਿਵਾਰ ਦੇ ਬੜੇ ਰਿਸਪੈਕਟਡ ਜੀਜਾ ਜੀ ਔਰ ਬ੍ਰਦਰ ਭਾਈ ਆ ਜਾਓ 2 ਮਿੰਟ ਹੋਰ ਕੋਈ ਗੱਲ ਨਹੀਂ ਇਹ ਤਾਂ ਗੀਤ ਲੱਗ ਲੱਗੇ ਤੁਹਾਡੀਆਂ ਫਰਮਾਇਸ਼ਾਂ ਪਲੀਜ਼ ਆਓ ਜੀ ਬੜਾ ਮੈਨੂੰ ਚਾਅ ਚੜਦਾ ਜੋ ਲੜਕੀ ਪਰਿਵਾਰ ਵੀ ਨੱਚਦਾ ਕਿਉਂਕਿ ਬਾਰ-ਬਾਰ ਮੈਂ ਬੇਨਤੀ ਕਰਦਾ ਸਾਡੇ ਗੁਰੂਆਂ ਵੱਲੋਂ ਬੜਾ ਸਤਿਕਾਰ ਦਿੱਤਾ ਗਿਆ ਉਸ ਔਰਤ ਨੂੰ ਇਸ ਕਰਕੇ ਪੰਜਾਬੀ ਵੀ ਬੇਟੀਆਂ ਨੂੰ ਬੜਾ ਸਤਿਕਾਰ ਦਿੰਦੇ ਆ ਭਾਈ ਲਾਓ ਗੀਤ ਕੰਟੀਨਿਊ ਪਲੀਜ਼ ਆਓ ਜੀ ਸਰਦਾਰ ਹਰਵਿੰਦਰ ਸਿੰਘ ਦੀ ਪਦਰਸਾ ਸਗਨ ਨੋਟ ਲਗਾ
ਬੰਦਾ ਸਿੰਘ ਪੱਟੀ ਸਾਹਿਬ ਉਹਨਾਂ ਨਾਮ ਤੋਂ ਲਗਾਤਾਰ ਲੋਕ ਮਾਨਤਾ ਪਰਿਵਾਰ ਤੋਂ ਸਟੇਟ ਤੇ ਆਏ ਹੈ ਇਸ ਤੋਂ ਇਲਾਵਾ ਲੜਕੀ ਪਰਿਵਾਰ ਦੇ ਬੜੇ ਸਤਿਕਾਰ ਲੜਕੀ ਪਰਿਵਾਰ ਦੇ ਬ੍ਰਦਰ ਭੈਣੀ ਔਰ ਭਾਬੀ ਨੇ ਇਹਨਾਂ ਨੇ ਇਕੱਲਾ ਤੇ ਭੰਗੜਾ ਪਾਇਆ ਹੈ ਉਹਨਾਂ ਵੱਲੋਂ ਸਾਰਾ ਲੋਕ ਸਟੇਟ ਤੇ ਪਹੁੰਚੇ ਹੈ ਦਿਲੀਆਂ ਤਿਹਾਗਾ ਤੋਂ ਮੈਂ ਸ਼ੁਕਰਗੁਜ਼ਾਰ ਹਾਂ ਲੜਕੀ ਪਰਿਵਾਰ ਦੇ ਪ੍ਰਤੀ ਸਰਦਾਰ ਗੁਰਜਤ ਸਿੰਘ ਸ਼ਾਹ ਲੋਕੋਵਾਲ
ਸਾਰੇ ਯਾਰਾਂ ਦੋਸਤਾਂ ਬੇਨਤੀ ਕਰਦੇ ਹਾਂ ਜਿਹੜੇ ਖੜੇ ਆ ਪ੍ਰਦਰਸ਼ਨ ਨਹੀਂ ਹੈਗੀਆਂ ਜਿਹੜੀਆਂ ਪ੍ਰਦਰਸ਼ਨ ਇਹਨਾਂ ਵਾਸਤੇ ਤਾੜੀ ਮਾਰ ਦਿਓ ਇੱਕ ਵਜੇ 30 ਮਿੰਟ ਤੇ ਸਟੇਜ ਨੂੰ ਹੋਈ ਹੈ ਇੱਕ ਵਜੇ 25 ਮਿੰਟ ਤੇ ਇੱਥੇ ਆ ਗਈ ਇਹਨਾਂ ਦਾ ਸ਼ਾਮਾ ਤੱਕ ਸਾਡੇ ਨਾਲ ਹੀ ਰਹਿਣਾ ਹੈ ਪੱਕੀ ਜਾ ਰਹੀ ਹੈ ਖੱਟਾ ਆਪੋ ਆਪਣਾ ਠੀਕ ਹੈ ਜੀ Thank you.
I'm gonna make you mine.
ਦਿੱਤਾ ਕਿ ਜਨਤਾ ਕੀ ਤਾਰੇ ਪੱਥਰ ਨੇ ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫਿਰਦੇ ਸੀ ਲੋਹਾ ਪਾਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਲੋਹਾ ਪਾਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ ਮਾਂ ਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾ ਮੈਂ ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ ਮਿਲਣਾ ਵਿਛੜਨਾ ਏ ਸਭ ਕਿਸਮਤ ਦੇ ਚੱਕਰ ਨੇ
Thank you.
ਮੇਰੇ ਯਾਰਾਂ ਜਦ ਕਾਨੀ ਕਿਤੇ ਯਾਰ ਕੋਈ ਹੋਵੇ ਸਾਡੀ ਬੱਲੇ ਬੱਲੇ ਰਹੀ ਦੀ ਸਰਕਾਰ ਕੋਈ ਹੋਵੇ ਸਾਡੀ ਬੱਲੇ ਬੱਲੇ
David.
Nation.com.